ਬਹੁਤ ਹੀ ਸ਼ਰਮਨਾਕ ਜਿਹੜੀ ਗੱਲ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਜੀ ਨੇ ਬਸ਼ਹਿਰਾ ਪਿੰਡ ਦੇ ਇੱਕ ਨੌਜਵਾਨ ਜਿਹੜਾ ਕਿ ਸਵਾਲ ਪੁੱਛਦਾ ਸੀ ਉਹਨਾਂ ਤੋਂ ਉਹਦੇ ਥੱਪੜ ਮਾਰਿਆ। ਇਹ ਹੁਣ ਆਪਣੇ ਕਰ ਕਮਲਾਂ ਨਾਲ ਲੋਕਾਂ ਨੂੰ ਕੁੱਟਣ ਲੱਗ ਗਏ। ਇਹ ਇਹਨਾਂ ਦੀ ਬੁਖਲਾਹਟ ਹੈ। ਮੈਂ ਸਖ਼ਤ ਸ਼ਬਦਾਂ 'ਚ ਇਹ ਨਿੰਦਿਆ ਕਰਦਾ ਕਿਉਂਕਿ ਡੈਮੋਕਰੈਟਿਕ ਰਾਈਟ ਆ ਉਹਨਾਂ ਦਾ, ਹੱਕ ਹੈ ਇਹ ਕਿ ਉਹ ਸਵਾਲ ਪੁੱਛ ਸਕਦੇ ਨੇ। ਮੈਨੀਫੈਸਟੋ ਪੁਰਾਣੇ ਕਿਉਂ ਨਹੀਂ ਪੂਰੇ ਹੋਏ? ਉਹ ਆਪਣੇ ਲੀਡਰਾਂ ਨੂੰ ਸਵਾਲ ਪੁੱਛ ਕੇ ਹੀ ਵੋਟ ਪਾਉਣ ਦਾ ਮੂਡ ਬਣਾਉਣਗੇ ਨਾ। ਜੇ ਸਵਾਲ ਦਾ ਜਵਾਬ ਦੇ ਕੇ ਸੈਟਿਸਫਾਈ ਕਰ ਲੈਂਦੇ ਸ਼ਾਇਦ ਉਹ ਵੋਟ ਪਾ ਦਿੰਦਾ। ਪਰ ਇਸ ਤਰ੍ਹਾਂ ਸ਼ਰੇਆਮ ਲੋਕਾਂ ਨੂੰ ਇਹ ਕੁੱਟਣ ਲੱਗ ਗਏ, ਕਦੇ ਪਟਿਆਲੇ ਕੁੱਟ ਦਿੰਦੇ ਧਰਨੇ ਵਾਲਿਆਂ ਨੂੰ, ਹੁਣ ਵੋਟਾਂ ਪਾਉਣ ਤੋਂ ਵੋਟਾਂ ਵੇਲੇ ਥੱਪੜ ਪੈਂਦੇ ਲੋਕਾਂ ਦੇ। ਬਹੁਤ ਹੀ ਸ਼ਰਮਨਾਕ ਹੈ। ਔਰ ਇਹਦਾ ਮਤਲਬ ਇਹ ਹੁਣ ਬੁਖਲਾਏ ਹੋਏ ਨੇ ਇਹ ਲੋਕ ਪਹਿਲਾਂ ਬੋਲਦੇ ਨਹੀਂ ਸੀ, ਹੁਣ ਉਹਨਾਂ 'ਚ ਹਿੰਮਤ ਭਰੀ ਗਈ ਅਤੇ ਲੋਕ ਸਵਾਲ ਪੁੱਛਦੇ ਨੇ। ਜਵਾਬ ਦਿਓ, ਮੈਨੂੰ ਵੀ ਸਵਾਲ ਪੁੱਛਦੇ ਲੋਕ, ਮੈਂ ਜਵਾਬ ਦਿੰਦਾ, ਸੈਟਿਸਫਾਈ ਹੁੰਦੇ ਨੇ, ਜਿੰਦਾਬਾਦ ਦੇ ਨਾਰੇ ਲਾਉਂਦੇ ਨੇ। ਜਵਾਬ ਦਿਓ ਮੈਡਮ, ਇਹ ਇਸ ਤਰ੍ਹਾਂ ਹੱਥੋਂ ਪਾਈ 'ਤੇ ਨਾ ਉਤਰੋ, ਕਿਉਂਕਿ ਲੋਕ ਹੁਣ ਤੁਹਾਨੂੰ ਪਿੰਡਾਂ ਦੇ ਵਿੱਚ ਸਵਾਲ ਕਰਨਗੇ ਔਰ ਤੁਹਾਨੂੰ ਜਵਾਬ ਲੈ ਕੇ ਜਾਣੇ ਪੈਣਗੇ, ਨਹੀਂ ਤਾਂ ਫਿਰ ਪਿੰਡਾਂ 'ਚ ਜਾਣ ਦੇ ਪ੍ਰੋਗਰਾਮ ਕੈਂਸਲ ਕਰ ਦਿਓ।